Yeah.
Yeah.
वो संसार विकार संसार में तरो मन की पूरी
बंद कटे दिनस रहना रे पढ़ो जी मन तो वो शब्द लागो
ਗੁਰੂ ਦੇ ਸ਼ਬਦ ਨਾਲ ਜੁੜ ਕੇ ਮਿਲਦੀ ਹੈ
ਅੰਦਰ ਦੇ ਸਾਰੇ ਡਰ ਭਾਵ ਦੂਰ ਹੋ ਜਾਂਦੇ ਆ। ਪੜੀ ਪੜੀ ਮਨ ਧੋਵੋ ਸ਼ਬਦ ਲਾਓ, ਮਨ ਧੋਵੋ ਸ਼ਬਦ ਲਾਓ, ਇਸ ਕਲ ਮੈਲ ਭਰੀ ਜੈ।
Oh,
ਮਹੱਤਮ ਸਤਿਗੁਰ ਆਪਣੇ ਚਰਨਾਂ ਦੇ ਵਿੱਚ ਬਖਸ਼ਿਸ਼ ਕਰੋ, ਸਾਡਾ ਇਹ ਜੀਵਨ ਸਫਲਾ ਹੋ ਸਕੇ, ਇੱਕ ਇੱਕ ਸਵਾਸ ਲਿਆ ਇੱਥੇ ਬੈਠ ਕੇ ਉਹ ਸਫਲੀ ਹੋ ਸਕੇ ਜੀ। ਬੜੇ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਉਸਤਾਦ ਸੁਖਵੰਤ ਸਿੰਘ ਜੀ, ਆਪ ਸੰਗਤਾਂ ਦੇ ਵਿੱਚ ਸੁਭਾਵਾਨ ਹਨ, ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਲਈ ਬਹੁਤ ਵੱਡੀ ਸੇਵਾ ਕਰ ਰਹੇ ਹਨ। ਕੀਰਤਨ ਰਾਹੀਂ ਤਾਂ ਬਹੁਤ ਕੀਰਤਨੀਏ ਸੇਵਾ ਕਰ ਰਹੇ ਹਨ, ਪਰ ਇਹਨਾਂ ਦੀ ਸੇਵਾ ਵਡਮੁੱਲੀ ਹੈ। ਉਹ ਇਸ ਤਰ੍ਹਾਂ ਹੈ ਕਿ ਇੱਕ ਤਾਂ ਨਿਸ਼ਕਾਮ ਹੋ ਕੇ ਇਹ ਸਿੱਖਿਆਰਥੀਆਂ ਨੂੰ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਿਖਾਉਂਦੇ ਆ ਰਹੇ ਹਨ ਬਿਨਾਂ ਕਿਸੇ ਲਾਲਚ ਦੇ। ਬਹੁਤ ਵੱਡੀ ਸੇਵਾ, ਪਤਾ ਨਹੀਂ ਕਿੰਨੇ ਕੁ ਸੈਂਕੜੇ ਹੀ ਸਟੂਡੈਂਟ ਇਹਨਾਂ ਕੋਲ ਸਿੱਖ ਕੇ ਕੀਰਤਨੀਏ ਬਣੇ ਹਨ। ਅਸੀਂ ਵੀ ਇਹਨਾਂ ਕੋਲੋਂ ਬਹੁਤ ਕੁਝ ਸਿੱਖਦੇ ਹਾਂ, ਜਦੋਂ ਵੀ ਅਸੀਂ ਬਹਿੰਦੇ ਹਾਂ ਕੁਝ ਨਾ ਕੁਝ ਸਾਨੂੰ ਵੀ ਸਿਖਾਉਂਦੇ ਹਨ। ਸਾਡਾ ਭਾਵੇਂ ਮੈਂ ਜਿਵੇਂ ਕਹਿ ਲਓ ਤਾਲੀਮ ਪ੍ਰੋਪਰ ਇਹਨਾਂ ਕੋਲੋਂ ਨਹੀਂ ਲਈ, ਪਰ ਫਿਰ ਵੀ ਵੱਡੇ ਭਰਾ ਹੋਣ ਦੇ ਨਾਤੇ ਹਮੇਸ਼ਾ ਸਾਨੂੰ ਸਿਖਾਉਂਦੇ ਹਨ। ਬਹੁਤ ਹੀ ਵੱਡਾ ਇੱਕ ਪ੍ਰੋਜੈਕਟ, ਸ਼ਬਦਾਂ ਦਾ ਇੱਕ ਸੰਗ੍ਰਹਿ, ਜਿਹਦੇ ਵਿੱਚ ਗੁਰੂ ਕਰਕੇ ਕੀਰਤਨੀਏ, ਉਹ ਭਾਵੇਂ ਹਜ਼ੂਰੀ ਕੀਰਤਨੀਏ ਹਨ, ਭਾਵੇਂ ਜਿਹੜੇ ਆਜ਼ਾਦ ਕੀਰਤਨੀਏ ਹਨ ਉਹ, ਅਤੇ ਈਵਨ ਜੋ ਵੱਡੇ ਵੱਡੇ ਸਿੰਗਰ ਹਨ ਉਹਨਾਂ ਤੋਂ ਵੀ ਗੁਰਬਾਣੀ ਜਸ ਇਹਨਾਂ ਨੇ ਗਾਇਨ ਕਰਵਾਇਆ ਹੈ, ਉਹ ਵੀ ਸਾਰੇ ਕਲਾਸੀਕਲ ਗੁਰਮਤਿ ਸੰਗੀਤ ਦੇ ਵਿੱਚ। ਬਹੁਤ ਵੱਡਾ ਉਪਰਾਲਾ, ਪਿਛਲੇ 6 ਸਾਲ ਤੋਂ ਇਹ ਉਪਰਾਲਾ ਚੱਲ ਰਿਹਾ ਹੈ, ਅਤੇ ਮਾਲਕ ਦੀ ਕਿਰਪਾ ਨਾਲ ਹੁਣ ਆਪ ਜੀ ਨੂੰ ਦੱਸਣਗੇ ਨਵੰਬਰ ਦਸੰਬਰ ਦੇ ਵਿੱਚ, ਨਵੰਬਰ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਨਵੰਬਰ ਦੇ ਵਿੱਚ ਉਹ ਰਿਲੀਜ਼ ਹੋਣ ਜਾ ਰਿਹਾ ਹੈ। ਅਤੇ ਬਹੁਤ ਹੀ ਉੱਦਮ ਪ੍ਰਿੰਸੀਪਲ ਸਾਹਿਬ ਦਾ ਬੰਬੇ ਜਾ ਕੇ, ਮੇਰੇ ਖਿਆਲ ਮਹੀਨੇ ਦੇ ਵਿੱਚ 10-10-15 ਵਾਰੀ ਉਹਨਾਂ ਨੂੰ ਬੰਬੇ ਆਉਣਾ ਜਾਣਾ ਹੁੰਦਾ ਸੀਗਾ, ਅਤੇ ਐਡਾ ਵੱਡਾ ਪ੍ਰੋਜੈਕਟ ਜਿਹਦੇ ਵਿੱਚ ਸਾਰੇ ਵੱਡੇ ਵੱਡੇ ਸਿੰਗਰ ਕੀਰਤਨੀਏ ਸਾਰਿਆਂ ਦਾ ਸੁਮੇਲ ਕਰਕੇ ਸਾਰਿਆਂ ਤੋਂ ਗੁਰਮਤਿ ਸੰਗੀਤ ਦੇ ਰਾਗ ਗਵਾਏ, ਬਹੁਤ ਵੱਡਾ ਉਪਰਾਲਾ ਹੈ। ਬਾਕੀ ਆਪ ਜੀ ਨੂੰ ਪ੍ਰਿੰਸੀਪਲ ਸਾਹਿਬ ਖੁਦ ਦੱਸਣਗੇ ਵੀ ਕਿਤਨੀ ਕੁ ਮਿਹਨਤ ਕੀਤੀ ਹੈ, ਉਹ ਜਦੋਂ ਨਵੰਬਰ ਦੇ ਵਿੱਚ ਪ੍ਰੋਜੈਕਟ ਆਏਗਾ ਅਤੇ ਤੁਸੀਂ ਹੌਸਲਾ ਅਫਜ਼ਾਈ ਜ਼ਰੂਰ ਕਰਨੀ ਹੈ ਉਸ ਪ੍ਰੋਜੈਕਟ, ਵੱਧ ਤੋਂ ਵੱਧ ਤੁਸੀਂ ਉਸ ਪ੍ਰੋਜੈਕਟ ਨੂੰ ਸੁਣਨਾ ਹੈ ਵੀ ਕਿਤਨੀ ਕੁ ਮਿਹਨਤ ਕੀਤੀ ਹੈ ਉਸ ਪ੍ਰੋਜੈਕਟ ਦੇ ਵਿੱਚ ਇਹਨਾਂ ਨੇ। ਉਹ ਜਦੋਂ ਸਾਹਮਣੇ ਆਏਗਾ ਤੁਸੀਂ ਪ੍ਰੋਜੈਕਟ ਨੂੰ ਆਪ ਹੀ ਸਮਝੋਗੇ ਕਿੰਨੀ ਵੱਡੀ ਉਹ ਘਾਲਣਾ ਕਰ ਲਈ ਹੈ ਇਹਨਾਂ ਨੇ। ਸਗੋਂ